ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਿਤਾਰੇ ਕੀ ਕਹਿੰਦੇ ਨੇ ਪ੍ਰੋਗਰਾਮ ਵਿੱਚ ਮੈਂ ਜਸੀਮਾਨ ਦੇਖੋ ਜੀ ਕਹਿੰਦੇ ਆ ਕਿ ਥੋੜਾ ਹੋਣ ਨਾਲ ਕਿਹੜਾ ਕੋਈ ਗਰੀਬ ਹੁੰਦਾ ਹੈ ਤੇ ਜ਼ਿਆਦਾ ਹੋਣ ਨਾਲ ਵੀ ਅਮੀਰ ਵੀ ਨਹੀਂ ਕੋਈ ਹੁੰਦਾ ਅਸਲ ਦੇ ਵਿੱਚ ਅਮੀਰੀ ਤਾਂ ਦਿਲ ਦੀ ਹੁੰਦੀ ਹੈ ਤੇ ਤੁਹਾਡੀਆਂ ਇਸ਼ਾਵਾਂ ਦੀ ਹੁੰਦੀ ਹੈ ਜਿੰਨੀਆਂ ਮਰਜ਼ੀ ਵਧਾ ਲਓ ਅਮੀਰ ਨੂੰ ਹੋਰ ਅਮੀਰ ਹੋਣ ਦੀ ਤੇ ਗਰੀਬ ਨੂੰ ਥੋੜੀਆਂ ਚੀਜ਼ਾਂ ਮਿਲ ਜਾਣ ਇਹੀ ਆ ਅਸਲ ਦੇ ਵਿੱਚ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੋਈ ਜਾਣ ਇਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੁੰਦੀ ਤੇ ਜ਼ਿਆਦਾ ਦੇ ਲਈ ਜ਼ਿਆਦਾ ਮਿਹਨਤ ਕਰਨ ਦੇ ਨਾਲ ਸਾਨੂੰ ਜ਼ਿਆਦਾ ਮਿਲ ਵੀ ਜਾਂਦਾ ਹੈ ਪਰ ਅਸਲ ਦੇ ਵਿੱਚ ਜਦੋਂ ਤੁਹਾਡੀ ਸੈਟੀਸਫੈਕਸ਼ਨ ਤੁਹਾਡਾ ਮਨ ਤੇ ਤੁਹਾਡੀ ਦਿਲ ਦੀ ਅਮੀਰੀ ਹੈ ਨਾ ਤਾਂ ਉਹ ਫਿਰ ਜਿੰਨਾ ਮਰਜ਼ੀ ਹੋਵੇ ਤਾਂ ਤੁਸੀਂ ਅਮੀਰ ਹੀ ਹੁੰਦੇ ਹੋ ਤੁਹਾਡੇ ਵਿਚਾਰ ਸ਼ੁੱਧ ਨੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਤੁਹਾਡੇ ਕਰਮ ਅੱਛੇ ਨੇ ਤਾਂ ਫਿਰ ਚੀਜ਼ਾਂ ਦਾ ਕੀ ਹੈ ਉਹ ਤੇ ਪਈਆਂ ਹੀ ਰਹਿ ਜਾਂਦੀਆਂ ਇਹ ਸੀ ਅੱਜ ਦਾ ਸ਼ੁਭ ਵਿਚਾਰ ਤੇ ਹੁਣ ਆਪਾਂ ਜਾਣਦੇ ਹਾਂ ਪੰਚਾਂਗ ਪੰਚਾਂਗ ਮੁਤਾਬਕ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਜਾਣਾਂਗੇ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ ਮੇਸ਼ ਤੋਂ ਲੈ ਕੇ ਮੀਨ ਰਾਸ਼ੀ ਵਿੱਚ ਬੈਠ ਕੇ ਕੀ ਪ੍ਰਭਾਵ ਪਾਉਂਦੇ ਨੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 4 ਤਰੀਕ ਹੈ ਜੀ 4 ਅਕਤੂਬਰ 2022 ਦਿਨ ਹੈ ਮੰਗਲਵਾਰ ਦਾ ਉੱਤਰਾ ਸਾੜਾ ਨਕਸ਼ਤਰ ਰਾਤ ਨੂੰ 10:51 ਤੱਕ ਚੱਲੇਗਾ ਤੇ ਚੰਦਰ ਮਹਾਰਾਜ ਮਕਰ ਰਾਸ਼ੀ ਵਿੱਚ ਸ਼ਨੀ ਨਾਲ ਯੁਤੀ ਬਣਾ ਕੇ ਚੱਲਣਗੇ ਦਿਨ ਦੀ ਮਹੱਤਤਾ ਅੱਜ ਇਹ ਰਹੇਗੀ ਕਿ ਅੱਜ 9ਵੀਂ ਤਿਥੀ ਹੈ ਸ਼ੁਕਲ ਪਕਸ਼ ਦੀ ਜਾਨੀ ਕਿ ਨਵਰਾਤਰੇ ਜੋ ਚੱਲ ਰਹੇ ਸੀ ਤਾਂ ਅੱਜ 9ਵਾਂ ਨਵਰਾਤਰਾ ਹੈ ਅੱਜ ਨਵਰਾਤਰੇ ਸਮਾਪਤ ਹੋ ਜਾਣਗੇ ਕੱਲ੍ਹ ਵਿਜੇ ਦਸਮੀ ਰਹੇਗੀ ਦਸਮੀ ਦਾ ਦਿਨ ਰਹੇਗਾ ਮਹਾਨੌਮੀ ਵੀ ਕਿਹਾ ਜਾਂਦਾ ਹੈ ਜੀ ਅੱਜ ਦੇ ਦਿਨ ਨੂੰ ਤੇ ਨਾਲ ਹੀ ਮਾਂ ਦੇ 9ਵੇਂ ਰੂਪ ਦੀ ਅੱਜ ਪੂਜਾ ਕੀਤੀ ਜਾਵੇਗੀ ਦੇਖਿਆ ਜਾਵੇ ਤਾਂ 9ਵੇਂ ਅਤੇ ਆਖਰੀ ਦਿਨ ਮਾਂ ਦੇ ਸਿੱਧੀ ਦਾਤਰੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਦੁਰਗਾ ਮਾਤਾ ਦੇ 9ਵੇਂ ਰੂਪ ਸਿੱਧੀ ਦਾਤਰੀ ਦੇਵੀ ਦੀ ਪੂਜਾ ਕਰਨ ਤੇ ਇਸ ਦਿਨ ਪੂਜਾ ਕਹਿੰਦੇ ਆ ਜ਼ਰੂਰ ਕਰਨੀ ਚਾਹੀਦੀ ਆ ਬਹੁਤ ਅੱਛਾ ਫਲ ਮਿਲਦਾ ਹੈ ਕਿਉਂਕਿ ਅਗਰ ਤੁਸੀਂ 8 ਦਿਨ ਪੂਜਾ ਕੀਤੀ ਆ ਜਾਂ 8 ਨਵਰਾਤਰੇ ਨਹੀਂ ਵੀ ਰੱਖੇ ਜਾਂ ਰੱਖੇ ਆ ਤਾਂ ਉਸਦਾ ਫਲ 9ਵੇਂ ਦਿਨ ਪੂਜਾ ਕਰਨ ਤੇ ਹੀ ਮਿਲਦਾ ਹੈ 8 ਦਿਨ ਕੀਤੀ ਜਾਣ ਵਾਲੀ ਪੂਜਾ ਦਾ ਫਲ ਪ੍ਰਦਾਨ ਕਰਦਾ ਹੈ ਮਾਤਾ ਦਾ ਇਹ ਰੂਪ ਕਹਿੰਦੇ ਆ ਕਿ ਇਸ ਦਿਨ ਜੋ ਭਗਤ ਜਾਂ ਜੋ ਮਾਤਾ ਰਾਣੀ ਦੇ ਨਵਰਾਤਰੇ ਰੱਖਦੇ ਆ ਪੂਜਾ ਕਰਦੇ ਆ ਮੰਦਰ ਜਾਂਦੇ ਆ ਤੇ ਭੋਗ ਮੋਕਸ਼ ਲੋਕ ਵਿਜੇ ਸ਼ਕਤੀ ਦੀ ਦੇਵੀ ਹੈ ਤੇ ਇਸ ਚੀਜ਼ਾਂ ਨਾਲ ਭਗਵਾਨ ਸ਼ਿਵ ਦੀ ਸਿੱਧ ਦਾਤਰੀ ਨੇ ਪੂਜਾ ਕੀਤੀ ਸੀ ਭਗਵਾਨ ਸ਼ਿਵ ਦਾਤਰੀ ਦੀ ਅਨੁਪਮਾ ਮੇ ਕੀ ਕਹਿੰਦੇ ਆ ਕਿ ਸਵਰੂਪ 'ਚ ਦਰਸ਼ਨ ਦਿੱਤੇ ਸੀ ਇਸੇ ਕਰਕੇ ਇਸ ਰੂਪ ਨੂੰ ਬਹੁਤ ਹੀ ਪੂਜਨੀਆ ਮੰਨਿਆ ਜਾਂਦਾ ਹੈ ਤੇ ਮੰਦਰ ਜਾਣਾ ਭੋਲੇਨਾਥ ਦੇ ਮੰਦਰ 'ਚ ਜਾ ਕੇ ਮੱਥਾ ਟੇਕਣਾ ਫੁੱਲਾਂ ਦਾ ਹਾਰ ਚੜ੍ਹਾਉਣਾ ਤੇ ਨਾਲ ਹੀ ਮਾਤਾ ਸਿੱਧ ਦਾਤਰੀ ਨੂੰ ਵੀ ਨਾਰੀਅਲ ਚੜ੍ਹਾਉਣਾ ਤੇ ਕੰਜਕਾਂ ਕਈ ਲੋਕ 8ਵੀਂ ਤਿਥੀ ਤੇ ਪੂਜਦੇ ਆ ਤੇ ਕੁਛ ਲੋਕ 9ਵੀਂ ਤਿਥੀ ਤੇ ਵੀ ਕੰਜਕਾਂ ਦੀ ਪੂਜਾ ਕਰਦੇ ਆ ਤੇ ਉਹ ਤੁਹਾਡੇ ਆਪਣੇ ਤੇ ਆ ਕਿ ਅਗਰ ਤੁਸੀਂ 8ਵੀਂ ਤਿਥੀ ਨੂੰ 8 ਕੰਜਕਾਂ ਨੂੰ ਜਾਂ 9ਵੀਂ ਤਿਥੀ ਨੂੰ ਵੀ ਪੂਜਾ ਕਰਕੇ ਕੰਜਕਾਂ ਖਿਲਾ ਸਕਦੇ ਚਲੋ ਅੱਜ ਨਵਰਾਤਰੇ ਸਮਾਪਤ ਹੋ ਜਾਣਗੇ ਤੇ ਮਾਂ ਦੀ ਕਿਰਪਾ ਤਾਂ ਹਮੇਸ਼ਾ ਹੀ ਆਪ ਸਭ ਤੇ ਬਣੀ ਰਹੇ ਤੇ ਨਾਲ ਤੁਸੀਂ ਜ਼ਰੂਰ ਘਰ ਪਰਿਵਾਰ ਵਿੱਚ ਐਨਰਜੀ ਨੂੰ ਪੋਜ਼ਿਟਿਵ ਕਰਨ ਦੇ ਲਈ ਮਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਮੰਦਰ ਜਾਣਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਤੇ ਘਰ ਵਿੱਚ ਬੈਠੀ ਮਾਂ ਦਾ ਆਸ਼ੀਰਵਾਦ ਸਭ ਤੋਂ ਪਹਿਲਾਂ ਲੈਣਾ ਚਾਹੀਦਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਜਾਣਦੇ ਹਾਂ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਮੁਬਾਰਕਾਂ ਦੇ ਦੇਈਏ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰਾ ਨਵਰਾਤਰੇ ਚੱਲ ਰਹੇ ਨੇ ਸ਼ੁਭ ਦਿਨ ਨੇ ਬਹੁਤ ਹੀ ਅੱਛਾ ਹੈ ਐਨਰਜੀ ਵੀ ਸ਼ੁਭ ਹੀ ਹੋਣੀ ਚਾਹੀਦੀ ਹੈ ਤੇ ਕੰਮ ਵੀ ਸ਼ੁਭ ਹੀ ਹੋਣੇ ਚਾਹੀਦੇ ਨੇ ਤਾਂ ਇਸ ਕਰਕੇ ਅੱਜ ਤੁਸੀਂ ਕੀ ਕਰਨਾ ਹੈ ਇੱਕ ਤੇ ਤੁਹਾਡੇ ਲਈ ਬਹੁਤ ਹੀ ਅੱਛਾ ਸ਼ੁਭ ਤੇ ਦੂਜਾ 9ਵੀਂ ਤਿਥੀ ਤੇ ਨਾਲ ਨਵਰਾਤਰੇ ਤੇ ਤੁਸੀਂ ਅੱਜ ਦੇ ਦਿਨ ਕੰਜਕਾਂ ਨੂੰ ਹੀ ਕੁਛ ਨਾ ਕੁਛ ਦੇ ਦਿਓ ਤਕਰੀਬਨ ਅਗਰ ਜ਼ਿਆਦਾ ਪਰਮਾਤਮਾ ਨੇ ਗੁੰਜਾਇਸ਼ ਦਿੱਤੀ ਹੈ ਤਾਂ ਤੁਸੀਂ ਕੱਪੜੇ ਦਾ ਦਾਨ ਫਲਾਂ ਦਾ ਦਾਨ ਅਨਾਥ ਆਸ਼ਰਮ ਜਾ ਕੇ ਛੋਟੇ ਬੱਚਿਆਂ ਨੂੰ ਦੇ ਸਕਦੇ ਹੋ ਉਹਨਾਂ ਦੀ ਬਲੈਸਿੰਗ ਵੀ ਲੈ ਸਕਦੇ ਹੋ ਤੇ ਕਹਿੰਦੇ ਆ ਨਾ ਦੁਨੀਆਂ ਵਿੱਚ ਜਿਸ ਦਾ ਕੋਈ ਨਹੀਂ ਪਰਮਾਤਮਾ ਤੇ ਚਲੋ ਹੈ ਹੀ ਪਰ ਇਨਸਾਨਾਂ ਨੂੰ ਇਨਸਾਨ ਦੀ ਮਦਦ ਕਰਨ ਤੇ ਐਨਰਜੀ ਅੱਛੀ ਮਿਲ ਜਾਂਦੀ ਹੈ ਤੇ ਨਾਲ ਸਮਾਂ ਬਿਹਤਰ ਹੋ ਜਾਂਦਾ ਤੇ ਸਮਾਂ ਜਦੋਂ ਬਿਹਤਰ ਹੈ ਕਿਸੇ ਦੇ ਚਿਹਰੇ ਦੀ ਸਮਾਇਲ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਵੀ ਦੇ ਜਾਂਦੀ ਤੇ ਹੁਣ ਆਪਾਂ ਜਾਣਦੇ ਹਾਂ ਤੁਹਾਡੇ ਸਿਤਾਰੇ ਸਭ ਤੋਂ ਪਹਿਲਾਂ ਐਰੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਦੇਖੋ ਜੀ ਨਕਸ਼ਤਰ ਜੋ ਹੈ ਉਹ ਹੈ ਉੱਤਰਾ ਸਾੜਾ ਸੂਰਜ ਦਾ ਨਕਸ਼ਤਰ ਤੇ ਸੂਰਜ ਮੰਗਲ ਦਾ ਮਿੱਤਰ ਹੀ ਹੈ ਜੋ ਕਿ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਰਾਜਨੀਤਿਕ ਵਿੱਚੋਂ ਤੁਸੀਂ ਤਾਂ ਕੋਈ ਤੋਹਮਤ ਲੱਗ ਸਕਦੇ ਬੇਸ਼ੱਕ ਸੂਰਜ ਦਾ ਨਕਸ਼ਤਰ ਮਿੱਤਰ ਹੈ ਪਰ ਰਾਹੂ ਨੇ ਕੀ ਕਰਨਾ ਹੈ ਜੀ ਲਗਨ ਵਿੱਚ ਬੈਠ ਕੇ ਸੂਰਜ ਦੇ ਫਲ ਨੂੰ ਖਰਾਬ ਕਰਨਾ ਹੀ ਹੈ ਉਸਦੀ ਡਿਊਟੀ ਲੱਗੀ ਹੋਈ ਹੈ ਤਾਂ ਇੱਕ ਤਾਂ ਨੀਲੇ ਰੰਗ ਤੋਂ ਪਰਹੇਜ਼ ਕਰਨਾ ਜੀ ਤੁਸੀਂ ਤੇ ਦੂਸਰਾ ਚਾਂਦੀ ਆਪਣੇ ਕੋਲ ਰੱਖਣੀ ਹੈ ਤੇ ਤੀਸਰਾ
ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰੀ ਹੀ ਬਣਾ ਕੇ ਰੱਖਣੀ ਹੈ। ਚੰਗਾ ਰਹੇਗਾ ਸਵੇਰ ਤੋਂ ਪਿਤਾ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕੀਤੀ ਜਾਵੇ। ਸੂਰਜ ਦਾ ਨਕਸ਼ਤਰ ਸੂਰਜ ਦਾ ਫਲ ਬਹੁਤ ਅੱਛਾ ਦੇ ਜਾਏਗਾ। ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ, ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਹਰ ਕਿਸੇ ਚੀਜ਼ ਨੂੰ ਹਲਕੇ ਵਿੱਚ ਲੈਣਾ ਅਤੇ ਨਾਲ ਹੀ ਪੜ੍ਹਾਈ ਨੂੰ ਧਿਆਨ ਨਾਲ ਨਾ ਪੜ੍ਹਨਾ, ਨੰਬਰਾਂ ਵਿੱਚ ਤੁਹਾਡੇ ਪ੍ਰੋਬਲਮ ਆ ਸਕਦੀ ਹੈ। ਮਨ ਭਾਉਂਦਾ ਰਿਜ਼ਲਟ ਚਾਹੀਦਾ ਹੈ ਤਾਂ ਪੰਜਵੇਂ ਸਥਾਨ ਵਿੱਚ ਉਹ ਸੂਰਜ ਬੁੱਧ ਦੀ ਯੁਤੀ ਨੂੰ ਪੋਜ਼ਿਟਿਵ ਕਰੋ, ਨਾ ਕਿ ਸ਼ੁੱਕਰ ਤੁਹਾਡੇ ਲਗਨ ਦਾ ਜੋ ਮਾਲਕ ਹੈ ਉਸ ਨੂੰ ਚਲਾਓ। ਤਾਂਬੇ ਦੇ ਗਲਾਸ ਪਾਣੀ ਪੀਓ, ਫੁੱਲ ਲੈ ਕੇ ਸਰਸਵਤੀ ਮਾਤਾ ਦੇ ਚੜਾਓ ਅਤੇ ਚੰਗਾ ਰਹੇਗਾ। ਲਾਲ ਰੰਗ ਤੋਂ, ਪਿੰਕ ਰੰਗ ਤੋਂ, ਮੈਰੂਨ ਰੰਗ ਤੋਂ ਪਰਹੇਜ਼ ਰੱਖੋ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ, ਮਿਥੁਨ ਰਾਸ਼ੀ ਵਾਲਿਆਂ ਦੇ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ। ਹਿੰਮਤ ਬਣੀ ਰਹੇਗੀ, ਆਪਣੀ ਹਿੰਮਤ ਅਨੁਸਾਰ ਤੁਹਾਨੂੰ ਸਫਲਤਾ ਵੀ ਮਿਲੇਗੀ। ਪਰ ਜੋ ਅੱਠਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਸ਼ਨੀ ਚੰਦਰ ਬੈਠਾ ਹੈ ਨਾ, ਤਾਂ ਉਸਦੇ ਲਈ ਤੁਸੀਂ ਆਪਣੇ ਦਿਮਾਗ ਦੇ ਘੋੜੇ ਨੈਗੇਟਿਵ ਐਨਰਜੀ ਵੱਲ ਬਿਲਕੁਲ ਨਹੀਂ ਘੁਮਾਉਣੇ। ਇਹ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਕਿਤੇ ਇਹ ਨਾ ਹੋ ਜਾਵੇ, ਬਸ ਨੈਗੇਟਿਵ ਸੋਚਣ 'ਤੇ ਕੀ ਹੋਏਗਾ, ਸ਼ਨੀ ਚੰਦਰ ਨੇ ਕੇਤੂ ਨੂੰ ਵੀ ਨਾਲ ਖਰਾਬ ਕਰ ਦੇਣਾ। ਅਤੇ ਤੁਸੀਂ ਚੰਗਾ ਚੰਗਾ ਬੋਲਣਾ, ਸ਼ੁਭ ਸ਼ੁਭ ਸੋਚਣਾ ਅਤੇ ਨਾਲ ਹੀ ਪਾਣੀ 'ਚ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ, ਜਲਦੀ ਉੱਠਣਾ, ਸੈਰ ਕਰਨਾ, ਗਾਇਤਰੀ ਮੰਤਰ ਪੜ੍ਹਨਾ, ਸੂਰਜ ਦੇ ਨਕਸ਼ਤਰ ਨੂੰ ਅੱਛਾ ਕਰੇਗਾ ਅਤੇ ਹਿੰਮਤ ਨੂੰ ਵਧਾਏਗਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲੇ, ਕਰਕ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਦਾ ਨਕਸ਼ਤਰ ਮਿੱਤਰ ਹੈ, ਧਨ ਵਿੱਚ ਵਾਧਾ ਹੋਏਗਾ। ਫਿਰ ਵੀ ਲੈਣ ਦੇਣ ਤੋਂ ਬਚਣਾ ਚਾਹੀਦਾ ਹੈ, ਉਧਾਰ ਲੈਣ ਦੇਣ ਤੋਂ। ਵਿਸ਼ਨੂੰ ਜੀ ਦੇ ਜਾਣਾ, ਪੀਲੇ ਫੁੱਲਾਂ ਦਾ ਹਾਰ ਚੜਾਉਣਾ ਅਤੇ ਗਲੇ ਦੀ ਅਗਰ ਕੋਈ ਪ੍ਰੋਬਲਮ ਹੈ ਤਾਂ ਫਟਕੜੀ ਨਾਲ ਦੰਦ ਸਾਫ਼ ਕਰਨ 'ਤੇ ਬੁੱਧ ਦਾ ਫਲ ਅੱਛਾ, ਸੂਰਜ ਦਾ ਫਲ ਅੱਛਾ, ਨਕਸ਼ਤਰ ਦਾ ਫਲ ਅੱਛਾ ਮਿਲੇਗਾ। ਅਤੇ ਨਾਲ ਜੋ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਕੋਈ ਫੈਸਲਾ ਲੈਣ ਬਾਰੇ ਸੋਚ ਰਹੇ ਹੋ ਤਾਂ ਉਹ ਪਰਿਵਾਰ ਦੀ ਸਲਾਹ ਨਾਲ ਹੀ ਲਵੋ, ਚੰਗਾ ਰਹੇਗਾ। ਲੀਓ ਯਾਨੀ ਸਿੰਘ ਰਾਸ਼ੀ ਵਾਲੇ, ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਪੇਟ ਦੀ ਪ੍ਰੋਬਲਮ ਅੱਜ ਵੀ ਤੰਗ ਕਰੇਗੀ, ਪਰ ਸੂਰਜ ਦਾ ਨਕਸ਼ਤਰ ਤੁਹਾਨੂੰ ਹਰ ਚੀਜ਼ ਤੋਂ ਤੁਹਾਡੀ ਹਿੰਮਤ ਨਾਲ ਅਤੇ ਤੁਹਾਡੀ ਪੋਜ਼ਿਟਿਵ ਐਨਰਜੀ ਨਾਲ ਕੱਢ ਲਵੇਗਾ। ਬਾਹਰੀ ਖਾਣੇ ਤੋਂ ਅੱਜ ਪਰਹੇਜ਼ ਰੱਖਣਾ ਹੈ। ਕਿਤੇ ਜਾ ਰਹੇ ਹੋ, ਕਿਸੇ ਦੇ ਨਾਲ ਵੀ ਜਾ ਰਹੇ ਹੋ ਤਾਂ ਜ਼ਿਆਦਾ ਬੋਲਣਾ ਅਤੇ ਕਿਸੇ ਦੇ ਮਾਮਲੇ ਵਿੱਚ ਬਿਨਾਂ ਮੰਗੇ ਸਲਾਹ ਦੇਣਾ ਜਾਂ ਇੰਟਰਫੇਰੈਂਸ ਕਰਨਾ ਤੁਹਾਡੇ ਸਟਾਰ ਨੂੰ ਖਰਾਬ ਹੀ ਕਰੇਗਾ। ਮੱਥੇ 'ਤੇ ਦੁੱਧ ਲਗਾ ਕੇ ਜਾਓਗੇ, ਵਾਈਟ ਕਲਰ ਪਹਿਨ ਕੇ ਜਾਓਗੇ, ਸਫਲਤਾ ਮਿਲ ਜਾਏਗੀ, ਗੱਲ ਵੀ ਸੁਣੀ ਜਾਏਗੀ। ਅਗਲੀ ਰਾਸ਼ੀ ਲੈਂਦੇ ਹਾਂ ਜੀ, ਆਪਾਂ ਗੱਲ ਕਰਦੇ ਹਾਂ ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੀ। ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸੋਚ ਸਥਾਨ ਵਿੱਚ ਸ਼ਨੀ ਚੰਦਰ ਹੈ ਅਤੇ ਨਾਲ ਸੂਰਜ ਬੁੱਧ ਸ਼ੁੱਕਰ ਦੀ ਯੁਤੀ ਲੱਗਣ ਵਿੱਚ ਹੀ ਹੈ, ਜੋ ਤੋਂ ਬੜਾ ਅੱਛਾ ਫਲ ਦੇ ਰਹੀ ਹੈ ਤੁਹਾਨੂੰ। ਸੱਚਾਈ ਪਸੰਦ ਹੋ ਰਹੇ ਹੋ ਤੁਸੀਂ ਅਤੇ ਨੇਮ ਫੇਮ ਵੀ ਵੱਧ ਰਿਹਾ ਹੈ। ਬੁੱਧ ਜੋ ਉੱਚਦਾ ਬੈਠਾ ਤੁਹਾਨੂੰ ਐਨਰਜੀ ਵੀ ਪੋਜ਼ਿਟਿਵ ਹੀ ਦੇ ਰਿਹਾ। ਜ਼ਿਆਦਾ ਨਹੀਂ ਬੋਲਣਾ ਚਾਹੀਦਾ ਅਤੇ ਕਿਸੇ ਦੇ ਮਾਮਲੇ 'ਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲੇ, ਤੁਲਾ ਰਾਸ਼ੀ ਵਾਲਿਆਂ ਦਾ ਜੋ ਸਿਤਾਰੇ ਨੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ, ਇਸ ਕਰਕੇ ਕੀ ਕਰਨਾ ਚਾਹੀਦਾ ਹੈ, ਸੂਰਜ ਦੀ ਐਨਰਜੀ ਨੂੰ ਸ਼ੁੱਭ ਕਰਨ ਦੇ ਲਈ, ਪੋਜ਼ਿਟਿਵ ਕਰਨ ਦੇ ਲਈ ਆਪਣੇ ਪਿਤਾ ਦੇ ਪੈਰੀਂ ਹੱਥ ਲਗਾਓ, ਪਿਤਾ ਦੀ ਸਿਹਤ ਦਾ ਧਿਆਨ ਵੀ ਰੱਖੋ ਅਤੇ ਵੈਲ ਡਰੈਸਡ ਰਹੋ ਯਾਨੀ ਕਿ ਸ਼ੁੱਧ ਸਾਫ਼ ਸੁਥਰੇ ਕੱਪੜੇ ਪਹਿਨੋ। ਚੌਲ ਅਤੇ ਦੁੱਧ ਮੰਦਰ ਰੱਖ ਸਕਦੇ ਹੋ ਤੁਸੀਂ ਅਤੇ ਕੰਜਕਾਂ ਨੂੰ ਖੀਰ ਵੀ ਦਾਨ ਕਰ ਸਕਦੇ ਹੋ, ਬਹੁਤ ਅੱਛਾ ਫਲ ਮਿਲੇਗਾ। ਪਰ ਜੋ ਅੱਠਵੇਂ ਸਥਾਨ ਵਿੱਚ ਬੈਠਾ ਹੋਇਆ ਮੰਗਲ ਹੈ, ਅਗਰ ਤੁਸੀਂ ਆਪਣੇ ਭਰਾ ਨਾਲ ਸੰਬੰਧ ਖਰਾਬ ਕਰਦੇ ਹੋ ਤਾਂ ਮੰਗਲ ਜੋ ਹੈ ਅਸ਼ੁਭ ਫਲ ਦਏਗਾ, ਜੋ ਤੁਹਾਡੇ ਧਨ ਦਾ ਮਾਲਕ। ਸਕੋਰਪੀਓ ਯਾਨੀ ਬ੍ਰਿਸ਼ਚਿਕ ਰਾਸ਼ੀ ਵਾਲੇ, ਬ੍ਰਿਸ਼ਚਿਕ ਰਾਸ਼ੀ ਵਾਲਿਆਂ ਨੂੰ ਗਾਜਰੀ ਕਲਰ ਪਹਿਨਣਾ ਚਾਹੀਦਾ ਹੈ ਅਤੇ ਨਾਲ ਜੋ ਨਕਸ਼ਤਰ ਹੈ ਉਹ ਤੁਹਾਡਾ ਮਿੱਤਰ ਹੀ ਹੈ। ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ, ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਸਿਤਾਰੇ ਤੁਹਾਡੇ ਅੱਛੇ ਚੱਲ ਰਹੇ ਆ, ਕਿਸੇ ਨਾ ਕਿਸੇ ਦੀ ਮਦਦ ਦੇ ਨਾਲ ਕੰਮ ਵਿੱਚ ਸਫਲਤਾ ਮਿਲ ਜਾਏਗੀ। ਬਚਣਾ ਕਿਸ ਚੀਜ਼ ਤੋਂ ਹੈ, ਜੋ ਤੁਸੀਂ ਹਰ ਕਿਸੇ ਦੀ ਗੱਲ ਕੱਟ ਰਹੇ ਹੋ, ਆਪਣੀ ਹੀ ਸੁਣਾ ਰਹੇ ਹੋ, ਠੀਕ ਹੈ ਤੁਸੀਂ ਐਕਸਪਰਟ ਹੋ, ਅੱਛੇ ਹੋ, ਕੌਨਫੀਡੈਂਸ ਹੈ ਤੁਹਾਨੂੰ ਪੂਰਾ, ਮੰਗਲ ਨੇ ਐਨਰਜੀ ਅੱਛੀ ਦਿੱਤੀ ਹੈ, ਪਰ ਦੂਸਰੇ ਐਕਸਪਰਟ ਬੰਦੇ ਦੀ ਸਲਾਹ ਵੀ ਸੁਣ ਲੈਣੀ ਚਾਹੀਦੀ ਆ, ਤਾਂ ਹੀ ਤੁਹਾਨੂੰ ਸੂਰਜ ਦਾ ਫਲ ਸ਼ੁੱਭ ਮਿਲ ਸਕਦਾ ਹੈ। ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਕਲਰ ਦੀ ਗੱਲ ਕਰੀਏ ਤਾਂ ਪਿੰਕ ਕਲਰ ਲੱਕੀ ਰਹੇਗਾ ਅਤੇ ਸਿਤਾਰਿਆਂ ਦੇ ਹਿਸਾਬ ਨਾਲ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ। ਵਿਦੇਸ਼ ਵੱਲੋਂ ਵੀਜ਼ਾ ਆ ਸਕਦਾ ਹੈ, ਵਿਦੇਸ਼ ਵੱਲੋਂ ਪੇਪਰ ਆ ਸਕਦੇ ਆ, ਵਿਦੇਸ਼ ਲਈ ਸਿਤਾਰੇ ਤੁਹਾਡੇ ਚੰਗੇ ਆ, ਚੰਗਾ ਤੁਹਾਨੂੰ ਸ਼ੁੱਭ ਖਬਰ ਵੀ ਮਿਲ ਸਕਦੀ ਹੈ। ਮਾਂ ਦੇ ਪੈਰੀਂ ਹੱਥ ਲਗਾਉਣਾ, ਮੱਥੇ 'ਤੇ ਦੁੱਧ ਲਗਾਉਣਾ ਅਤੇ ਕਾਲੇ ਰੰਗ ਤੋਂ ਪਰਹੇਜ਼ ਰੱਖਣਾ ਅੱਜ ਦੇ ਦਿਨ ਨੂੰ ਬਿਹਤਰ ਬਣਾਏਗਾ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਹੌਲੀ ਹੌਲੀ ਠੀਕ ਤਾਂ ਹੋ ਰਹੀ ਹੈ, ਪਰ ਪਰੇਸ਼ਾਨੀ ਹਜੇ ਵੀ ਓਨੀ ਹੀ ਕਹਿ ਸਕਦੇ ਹਾਂ ਆਪਾਂ। ਆਉਣ ਵਾਲੇ ਕੱਲ੍ਹ ਨੂੰ ਲੈ ਕੇ ਚਿੰਤਾ, ਖਰਚੇ ਬਹੁਤ ਜ਼ਿਆਦਾ ਹੋ ਗਏ, ਬਸ ਇਹ ਤੁਸੀਂ ਸੋਚ ਰਹੇ ਹੋ। ਸ਼ਨੀ ਚੰਦਰ ਦੀ ਤੀਜੀ ਦ੍ਰਿਸ਼ਟੀ ਜੋ ਬ੍ਰਹਿਸਪਤ 'ਤੇ ਪੈ ਰਹੀ ਹੈ, ਜੋ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਨੈਗੇਟਿਵ ਵੀ ਕਰ ਰਹੀ ਆ, ਤਾਂ ਉਸਦੇ ਲਈ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਵਾਹਨ ਧਿਆਨ ਨਾਲ ਚਲਾਉਣਾ ਹੈ ਅਤੇ ਦੂਜਾ
कोई भी इदां दा काम नहीं करना जिस विच लगे कि तुहानूं तुहाडा अपना ही नुकसान हो। ठीक, रैड कलर तो परहेज रखना चाहिदा है, मत्थे ते दुध लगा लेना चाहिदा है। अक्यूरस यानी कुंभ राशि वाले, कुंभ राशि वालों रैड या येलो कलर की चप्पल नहीं पहननी चाहिए। सूरज बुध ते शुक्र अठवें स्थान विच है, ते नाल ही शनि चंद्र जो बारहवें स्थान विच खूब सारे खर्चे करवा रहे हैं। सूरज का नक्षत्र भी है जो वो तुहाडा मित्र नहीं, जिस करके पति पत्नी जां परिवार विच कलेश वाला माहौल भी बन सकता है। तो की करना, तुसी एक तां धार्मिक स्थान ते दुध रख सकते हो, ते दूसरा तुसी मत्थे ते चंदन जां केसर लगा सकते हो। दूसरे बैठा बृहस्पत अच्छा फल देगा। अगली राशि की गल करिए, पाइसे जानी मीन राशि वाले, मीन राशि वाले दे सितारे अज दे दिन ठीक ठाक ही जाएंगे। बैक पेन तो तुहानू बचना चाहिए, पिठ का दर्द जोड़ा च दर्द तंग परेशान करेगा, एक पासे ते एक साइड ते दर्द रहेगा शनि चंद्र की युति करके, पर हिम्मत अच्छी बनेगी। एहोजिहा नहीं है कि कोई काम नू तुसी हाथ पाया तो नहीं होया, विरोधी भी दबे रहेंगे। कोई भी अपनी हिम्मत अनुसार अपनी एनर्जी नाल काम करोगे, बिल्कुल सफलता तुहानू मिलेगी ही मिलेगी, क्योंकि लगन च बैठा बृहस्पत, सामने बैठे सूरज बुध शुक्र की युति, तीनों ही ग्रह तुहाडे मित्र तुहानू सपोर्ट कर ही रहे। ठीक, ये दोस्तों तुहाडे सितारे मेष तो लैके मीन राशि विच बैठ के की प्रभाव पाउंदे ने जी, ग्रहों के मुताबिक, गोचर नक्षत्र के मुताबिक, हर चीज़ का अपना अपना प्रभाव है। वास्तु का भी अपना प्रभाव है, नमरोलॉजी का भी अपना प्रभाव है। कहा जाए तो अगर परमात्मा ने हर चीज बनाई है तो कितने ना कितने वो इफेक्ट तो पाउंदी ही है। पेड़ पौधे लगाने के नाल बुध बहुत अच्छा हो जाता है, ये आप सारे ही जानते हैं, पर अगर घर की नॉर्थ दिशा जो है वह बुध की कारक है, अगर बुध की दशा चल रही हो, बुध नूं शुद्ध करना हो, बड़े पेड़ पौधे नॉर्थ साइड से नहीं लगाने चाहिए, छोटे छोटे फलों के फुलों वाले पौधे ही उत्तर साइड से लगाने चाहिए आ। जिनी तुहाडे घर की नॉर्थ साइड शुद्ध होगी, साफ होगी, साफ सुथरी होगी, मतलब बड़े बड़े पेड़ पौधे नहीं है, गंद नहीं पिया होया, तो समझ लो कलैरिटी रहेगी जिंदगी विच। जो भी करना है ना तुसी, तुहानू साफ स्पष्ट नजर आएगा, कन्फ्यूज नहीं रहोगे, औलाद के भविख में लैके चिंतावान भी घटनगियां, तो आने वाली जिंदगी भी ऐ लगेगी कि वधिया ही आ। तो जो ये लग गया वधिया ही आ, तो समझो एनर्जी ने पॉजिटिव होकर तुहानू वधिया फल देना है। ठीक, ए सी जी वास्तु टिप, तो हुण समा हो गया इजाजत का। आप सब का आज का दिन बहुत अच्छा जाए, खुश रहो जी, मुस्कुराते रहो, मैनू दो इजाजत, सत श्री अकाल।